ਜਿਹੜੀ ਤੁਹਾਡੀ ਇੰਨੀ ਦੇਰਾਂ ਦੀ ਮੰਗ ਸੀ, ਅੱਜ ਅਸੀਂ ਦੇਸ਼ ਦੀ ਕੈਬਨਿਟ ਦੀ ਆ ਮੰਗ ਪੂਰੀ ਤੁਹਾਡੀ ਕਰ ਦਿੱਤੀ, ਅਤੇ ਮੈਂ ਦਿਲ ਦੀ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਵੀ ਕੀਤਾ। ਇਕੱਲੇ ਕਰਤਾਰਪੁਰ ਲਾਂਘੇ ਬਾਰੇ ਨਹੀਂ, ਕਈ ਹੋਰ ਵੱਡੇ ਇਤਿਹਾਸਿਕ ਫੈਸਲੇ ਕੱਲ੍ਹ ਕੀਤੇ ਗਏ ਕੈਬਨਿਟ 'ਚ। ਆਹ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਹੈ, ਇਸੀ 26 ਤਰੀਕ ਨੂੰ ਦੇਸ਼ ਦੇ ਉਪ ਰਾਸ਼ਟਰਪਤੀ ਇੱਥੇ ਆ ਕੇ ਨੀਂਹ ਪੱਥਰ ਵੀ ਰੱਖ ਦੇਣਗੇ, ਇਹ 26 ਤਰੀਕ ਨੂੰ ਵੀ। ਆਹ ਸਾਰਾ ਖਰਚਾ ਬਹੁਤ, ਪ੍ਰਧਾਨ ਮੰਤਰੀ ਜੀ ਮੈਨੂੰ ਦੱਸ ਰਹੇ ਸੀ ਕਿ ਬਹੁਤ ਵਧੀਆ, ਨਹੀਂ ਉਪ ਰਾਸ਼ਟਰਪਤੀ ਪ੍ਰਧਾਨ ਮੰਤਰੀ ਜੀ ਮੈਨੂੰ ਦੱਸ ਰਹੇ ਸੀ ਕਿ ਬਹੁਤ ਖੂਬਸੂਰਤ ਨਕਸ਼ਾ ਅਸੀਂ ਬਣਾ ਰਹੇ ਹਾਂ ਕਿ ਦੁਨੀਆ ਤੋਂ ਸੰਗਤਾਂ ਇੱਥੇ ਆਉਣਗੀਆਂ, ਅਤੇ ਇਹ ਜਿਹਾ ਵਧੀਆ ਲਾਂਘਾ ਬਣਾਵਾਂਗੇ, ਇੰਟਰਨੈਸ਼ਨਲ ਲੈਵਲ ਦੀ ਚੀਜ਼ ਉਹ ਬਣ ਜਾਣੀ ਹੈ। ਸਾਰਾ ਖਰਚਾ ਥੋੜੇ ਥੋੜੇ ਪਿੱਛੇ ਉਹ ਸਰਬੱਤ ਦੇ ਭਲੇ ਦਾ ਸੀ, ਸਾਰੇ ਸੰਸਾਰ ਦੇ ਭਲੇ ਦਾ ਸੀ। ਇਸ ਕਰਕੇ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਇੱਥੇ ਸ਼ਰਧਾ ਦੇ ਫੁੱਲ ਭੇਟ ਕਰਦੇ ਖੁੱਲ੍ਹ ਗਏ। ਮੇਰਾ ਖਿਆਲ ਹੈ ਕਿ ਪ੍ਰੈਜੀਡੈਂਟ ਆਫ ਇੰਡੀਆ ਜੋ ਮੈਨੂੰ ਸਲਾਹ ਮਿਲੀ ਹੈ ਬੀਬਾ ਦੱਸੇ ਰਾਤ, ਉਹ ਇਹਦਾ ਫਾਊਂਡੇਸ਼ਨ ਸਟੋਨ ਰੱਖਣ ਵਾਸਤੇ ਸਿਮਰਤ ਕੌਰ ਨੂੰ ਉਹਨਾਂ ਦੀ ਕੋਸ਼ਿਸ਼ ਨਾਲ ਬਹੁਤ ਵੱਡਾ ਇਸ ਸਥਾਨ ਦਾ ਪਹਿਲਾਂ ਹੀ